ਅੰਮ੍ਰਿਤਸਰ ਵਿੱਚ ਦਰਬਾਰ ਸਾਹਿਬ ਦੇ ਨਜ਼ਦੀਕ ਬਾਜ਼ਾਰ ਵਿੱਚ ਦੁਕਾਨ ਦੀ ਮਲਕੀਅਤ ਨੂੰ ਲੈ ਕੇ ਮਾਹੌਲ ਤਣਾਅਪੂਰਨ ਹੋ ਗਿਆ। ਜਦੋਂ ਪੱਤਰਕਾਰਾਂ ਨੇ ਇਸ ਵਿਵਾਦ ਬਾਰੇ ਜਾਣਨਾ ਚਾਹਿਆ ਤਾਂ ਪਤਾ ਲੱਗਾ ਕਿ ਕਾਫੀ ਸਾਲ ਪਹਿਲਾਂ ਇਹ ਦੁਕਾਨ ਦੋ ਭਾਈਵਾਲ ਮਨਜੀਤ ਸਿੰਘ ਤੇ ਮੇਜਰ ਸਿੰਘ ਗਿੱਲ ਨੇ ਰਲ ਕੇ ਕਿਰਾਏ ਤੇ ਲਿੱਤੀ ਸੀ ਅਤੇ 3 ਮਹੀਨੇ ਪਹਿਲਾਂ ਇੱਕ ਭਾਈਵਾਲ ਨੇ ਦੁਕਾਨ ਕਿਸੇ ਬੱਬੀ ਬੇਕਰੀ ਵਾਲੇ ਨੂੰ ਦੂਸਰੇ ਭਾਈਵਾਲ ਦੀ ਰਜਾਮੰਦੀ ਤੋਂ ਬਿਨਾਂ ਹੀ ਵੇਚ ਦਿੱਤੀ ਸੀ, ਜਿਸ ਤੇ ਇਹ ਵਿਵਾਦ ਸ਼ੁਰੂ ਹੋਇਆ। 32,000 ਰੁਪਈਆ ਮੈਂ ਲੈਣਾ ਸੀ ਉਹਦੇ ਕੋਲੋਂ, ਉਹ 32,000 ਕਹਿੰਦਾ ਮੈਂ ਨਹੀਂ ਦੇਣਾ ਤੁਸੀਂ, ਮੈਂ 3 ਮਹੀਨੇ ਮੈਨੂੰ ਦੇ ਦਿਓ ਮੈਂ ਦੁਕਾਨ ਖਾਲੀ ਕਰ ਜਾਵਾਂਗਾ। ਉਹ ਫਿਰ 3 ਮਹੀਨੇ ਫਿਰ ਲਿਖਾਇਆ ਉਹਦੇ ਕੋਲੋਂ, ਕਹਿ ਦਿੰਦਾ ਵੀ ਜੋ ਤੁਸੀਂ ਉਹਦੇ ਕੋਲ ਲੈਣੇ ਮੈਨੂੰ ਵੀ ਭਾਲਾ ਅਤੇ ਮੈਂ ਤੈਨੂੰ ਦੇਈ ਜਾਵਾਂਗਾ। ਮੈਂ ਕਿਹਾ ਤੇਰੇ ਨਾਲ ਸਾਡੀ ਕੋਈ ਗੱਲਬਾਤ ਨਹੀਂ ਹੈਗੀ, ਕਹਿੰਦਾ ਮੈਂ 1,300 ਰੁਪਈਏ ਲੈਣੇ ਆ। ਮੈਂ ਉਹਨੂੰ 1,80,000 ਰੁਪਈਆ ਦਿੱਤਾ, ਮੈਂ 1,300 ਕੋਲ ਲੈਣੇ ਆ। ਮੈਂ ਕਿਹਾ ਮੈਂ ਕਾਹਦੇ ਦੇਵਾਂ, ਉਹ ਜਾਣ ਦੇ ਤਾਂ ਤੂੰ ਜਾਣ, ਮੈਂ ਕਾਹਦੇ ਦੇਵਾਂ, ਮੈਨੂੰ ਦੇ ਦੇ 1,300 ਕੋਲ ਲੈਣੇ। ਕਹਿੰਦਾ ਕਹਿੰਦੇ ਦੁਕਾਨ ਮੈਨੂੰ ਦੇ ਦੇ, ਬੱਬਾ ਬੇਕਰੀ ਵਾਲਾ ਦੁਕਾਨ 'ਤੇ ਕਬਜ਼ਾ ਕਰਨਾ ਚਾਹੁੰਦਾ, ਸਾਨੂੰ ਪਿਸਤੌਲ ਨਾਲ ਧਮਕੀਆਂ ਦਿੰਦਾ ਆਪਣਾ ਭਨੋ, ਫਿਰ ਬਿੱਲ ਵੀ ਨਹੀਂ ਦਿੱਤਾ ਸਾਡਾ 13,000 ਕੁਛ ਰੁਪਈਆ ਬਿੱਲ ਆ। ਕਹਿੰਦਾ ਜਾ ਜਿੱਥੇ ਮਰਜ਼ੀ ਚਲੇ ਜਾ, ਤੈਨੂੰ ਨਹੀਂ ਦੇਣਾ, ਤੈਨੂੰ ਮਾਰ ਦੇਵਾਂਗੇ, ਕਹਿੰਦਾ ਉੱਤੇ ਲਾ ਦੇਵਾਂਗੇ, ਕਹਿੰਦਾ ਤੈਨੂੰ ਨਹੀਂ ਦੇਣਾ। ਕਮਿਸ਼ਨ ਸਾਹਿਬ ਦੇ ਦਫ਼ਤਰ ਦੇ ਵਿੱਚ ਹੀ ਦਿਖਾ ਦਿੱਤੀ ਆ, ਲੇਕਿਨ ਸਾਡੀ ਕੋਈ ਸੁਣਾਈ ਨਹੀਂ ਹੋਈ। ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਮਹਾਰਾਜ, ਸਾਡੀ ਜਾਨ ਦੀ ਸੇਫਟੀ ਦੇਣੀ ਚਾਹੀਦੀ, ਮੈਨੂੰ ਖਤਰਾ ਜਾਣ ਦਾ। ਬਸ ਇੰਨਾ ਮਸਲਾ ਇਹਨਾਂ ਦਾ ਜੀ, ਇਹਨਾਂ ਨੇ ਦੁਕਾਨ ਦਿੱਤੀ ਸੀ ਕਿਸੇ ਨੂੰ ਭਾਈਵਾਲੀ ਦੇ ਲਿਖ ਕੇ, ਉਹ ਗਾਂ ਕਿਸੇ ਕੋਲ ਪੈਸੇ ਲੈ ਕੇ ਤੇ ਉਹਨੂੰ ਦੁਕਾਨ ਦੇ ਗਿਆ ਗਾਂ, ਤੇ ਉਹ ਉਹਨਾਂ ਨੂੰ ਆ ਕੇ ਤੰਗ ਕਰਦੇ ਆ, ਕਦੀ ਤਾਲਾ ਲਾ ਦਿੰਦੇ ਆ, ਕਦੀ ਕੁਛ ਕਰ ਦਿੰਦੇ ਆ। ਇਹ ਗਰੀਬ ਆਦਮੀ ਆ ਤੇ ਮਾੜੇ ਆਦਮੀ ਦੀ ਦੁਕਾਨ ਉਹਨੂੰ ਮਿਲਣੀ ਚਾਹੀਦੀ ਹੈ। ਬਸ ਕਿੰਨੇ ਸਾਲ ਪੁਰਾਣੀ ਦੁਕਾਨ ਇਹ? ਘੱਟ ਤੋਂ ਘੱਟ ਨੇ ਜੀ, ਮੈਂ ਸਾਡੇ ਵਾਲ ਚਿੱਟੇ ਹੋ ਗਏ ਜੀ, ਉਸ ਤੋਂ ਪਹਿਲੇ ਤਾਂ ਇੱਥੇ ਹੈਗੇ ਆ, ਮੇਰੇ ਖਿਆਲ ਨਾਲ 60 ਸਾਲ ਹੋ ਗਏ ਆ। ਮੇਰੀ ਵੀ ਇਹੋ ਦੁਕਾਨ ਮੇਰੀ ਹੈ ਜੀ। ਹੈਂਜੀ ਧੱਕਾ ਜੀ, ਕੋਈ ਗਿੱਲ ਦਾ ਆਉਂਦਾ ਹੈਗਾ ਜੀ, ਮੈਜਰ ਗਿੱਲ ਸਾਹਿਬ ਦਾ, ਇਸ ਤਰ੍ਹਾਂ ਗੱਲ ਹੈਗੀ, ਅਤੇ ਨਾਲੇ ਕੋਈ ਬੈਕਰੀ ਬੁਕਰੀ ਵਾਲੇ ਹੈਗੇ ਨੇ ਉਹਨਾਂ ਦੇ ਨਾਲ ਗੱਲਬਾਤ। ਬਾਬਾ ਬਹੁਤ ਜ਼ਿਆਦਾ ਗਰੀਬ ਆਦਮੀ ਹੈ ਜੀ, ਮਾੜਾ ਆਦਮੀ ਆ, ਮਾੜੇ ਦੇ ਨਾਲ ਧਰੋਹ ਹੋ ਰਿਹਾ ਵਾ, ਅਸੀਂ ਕਹਾਂਗੇ ਸਾਰਾ ਮਹੱਲਾ ਇਹਦੇ ਨਾਲ ਹੈਗਾ, ਕੋਈ ਵੀ ਸਾਰਾ ਮਹੱਲਾ ਇਹਦੇ ਨਾਲ ਤੁਰੂਗਾ। ਅੰਮ੍ਰਿਤਸਰ ਤੋਂ ਮੁਕੇਸ਼ ਮਹਿਰਾ ਦੇ ਨਾਲ ਸਨੀ ਸਹੋਤਾ ਦੀ ਰਿਪੋਰਟ, ਚੈਨਲ 2।